ਤੇ ਸ਼ਰਾਬੀ ਲੱਚਰ ਹਥਿਆਰੀ ਗਾਣਿਆਂ ਨੂੰ ਆਪਣੇ ਡੀਜ਼ੇ ਵੱਲੋਂ ਕਦੇ ਵੀ ਨਾ ਚਲਾਉਣ ਦਾ ਵਾਅਦਾ ਕਰਨ ਵਾਲੇ ਰਾਣਾ ਡੀਜ਼ੇ ਨੂੰ ਪ੍ਰੋਫੈਸਰ ਪੰਡਿਤ ਰਾਓ ਧਰੇਨਵਰ ਨੇ ਸ਼ਾਲ ਅਤੇ 35 ਰੁਪਏ ਦੇ ਕੇ ਸਨਮਾਨਿਤ ਕੀਤਾ। ਪਟਿਆਲਾ ਦੇ ਬੱਸ ਸਟੈਂਡ ਦੇ ਨੇੜੇ ਰਾਣਾ ਡੀਜ਼ੇ ਚਲਾਉਣ ਵਾਲੇ ਰਣਜੀਤ ਸਿੰਘ ਨੇ ਪ੍ਰੋਫੈਸਰ ਪੰਡਿਤ ਰਾਓ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਆਪਣੇ ਡੀਜ਼ੇ ਵੱਲੋਂ ਕਦੇ ਵੀ ਸ਼ਰਾਬੀ ਲੱਚਰ ਹਥਿਆਰੀ ਗਾਣੇ ਨਾ ਚਲਾਉਣ ਦੀ ਕਸਮ ਖਾਧੀ ਅਤੇ ਨਾਲ ਹੀ ਪੰਜਾਬ ਦੇ ਸਾਰੇ ਡੀਜ਼ੇ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਕਦੇ ਵੀ ਸ਼ਰਾਬੀ ਹਥਿਆਰੇ ਲੱਚਰ ਗਾਣੇ ਨਾ ਚਲਾਇਆ ਕਰਨ। ਇਸ ਦੌਰਾਨ ਪ੍ਰੋਫੈਸਰ ਪੰਡਿਤ ਰਾਓ ਨੇ ਆਖਿਆ ਕਿ ਪੰਜਾਬ ਦੇ ਹਰ ਥਾਂ ਤੇ ਜਾ ਕੇ ਸਾਰੇ ਡੀਜ਼ੇ ਵਾਲਿਆਂ ਨੂੰ ਸਨਮਾਨਿਤ ਕਰਨਗੇ ਜੋ ਆਪਣੇ ਡੀਜ਼ੇ ਦੀ ਸੀਡੀ ਪੈਨ ਡਰਾਈਵ ਤੋਂ ਸ਼ਰਾਬੀ ਹਥਿਆਰੀ ਅਤੇ ਲੱਚਰ ਗਾਣੇ ਨੂੰ ਹਟਾਉਣਗੇ। ਪ੍ਰੋਫੈਸਰ ਪੰਡਿਤ ਰਾਓ ਨੇ ਇਹ ਵੀ ਆਖਿਆ ਕਿ ਜੋ ਡੀਜ਼ੇ ਵਾਲੇ ਲੱਚਰ ਸ਼ਰਾਬੀ ਅਤੇ ਹਥਿਆਰੀ ਗਾਣੇ ਵਜਾਉਂਦੇ ਨੇ ਉਹਨਾਂ ਦੇ ਖਿਲਾਫ FIR ਦਰਜ ਕੀਤੀ ਜਾਵੇਗੀ। ਸਾਡੀ ਮਜਬੂਰੀ ਹੋ ਜਾਂਦੀ ਸੀ ਡੀਜੇ ਦੇ ਉੱਤੇ ਗਾਣੇ ਵਜਾਉਣੇ, ਪਰ ਅਸੀਂ ਹੁਣ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਲੱਚਰ ਗਾਣੇ, ਸ਼ਰਾਬੀ ਟੈਪ ਦੇ ਗਾਣੇ ਜਾਂ ਹਥਿਆਰਾਂ ਵਾਲੇ ਗਾਣੇ ਉਹ ਅਸੀਂ ਬਿਲਕੁਲ ਨਹੀਂ ਚਲਾਵਾਂਗੇ ਡੀਜੇ ਦੇ ਉੱਤੇ। ਅਤੇ ਮੈਂ ਸਾਰੇ ਮੇਰੇ ਡੀਜੇ ਸਟੇਸ਼ਨ ਦੇ ਜਿੰਨੇ ਵੀ ਮੈਂਬਰ ਨੇ ਸਾਡੇ, ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਪੰਜਾਬ ਦੇ ਜਿੰਨੇ ਵੀ ਬੰਦੇ ਨੇ ਸਾਡੇ ਵੀ ਇੱਦਾਂ ਦੇ ਗਾਣੇ ਨਾ ਚਲਾਏ ਜਾਣ ਤਾਂ ਕਿ ਜੋ ਸਾਡੀ ਪੰਜਾਬੀ ਮਾਤ ਭਾਸ਼ਾ ਬੋਲੀ ਆ ਅਸੀਂ ਉਹਨੂੰ ਉੱਪਰ ਲੈ ਕੇ ਜਾਈਏ, ਜਿਹਦਾ ਉਹਦਾ ਗਿਰਦਾ ਵਜੂਦ ਆ ਉਹ ਬੱਚਾ ਹੋਵੇ। ਰਣਜੀਤ ਸਿੰਘ ਰਾਣਾ ਸਾਹਿਬ ਨੂੰ ਇੱਕ ਵਾਰ ਸਿਰਫ ਬੇਨਤੀ ਕੀਤੀ ਮੈਂ ਕਿ ਤੁਹਾਡੇ ਵੱਲੋਂ ਕੋਈ ਵੀ ਲੱਚਰ ਸ਼ਰਾਬੀ ਹੱਤਿਆਗਰ ਨਾ ਵਜਾਇਆ ਜਾਵੇ। ਰਣਜੀਤ ਸਿੰਘ ਰਾਣਾ ਸਾਹਿਬ ਨੇ ਮੇਰੇ ਬੇਨਤੀ ਸੁਣ ਕੇ ਇਹ ਰਾਜ਼ੀ ਹੋਏ ਨੇ ਕਿ ਭਵਿੱਖ ਵਿੱਚ ਕਦੇ ਵੀ ਉਹ ਲੱਚਰ ਸ਼ਰਾਬੀ ਹੱਤਿਆਗਰ ਗਾਣੇ ਡੀਜੇ ਵੱਲੋਂ ਨਹੀਂ ਵਜਾਉਣਗੇ। ਇਸ ਲਈ ਮੈਂ ਉਹਨਾਂ ਨੂੰ ਸਨਮਾਨ ਕਰਦੇ ਹੋਏ 35 ਰੁਪਏ ਦਿੱਤਾ ਅਤੇ ਸ਼ਾਲ ਨਾਲ ਉਹਨਾਂ ਨੂੰ ਸਨਮਾਨ ਕੀਤਾ। ਮੈਂ ਹਰ ਸ਼ਹਿਰ ਵਿੱਚ ਜਾ ਕੇ ਹਰੇਕ ਡੀਜੇ ਵੱਲੋਂ ਸਨਮਾਨ ਕਰਾਂਗਾ ਜੋ ਸ਼ਰਾਬੀ ਹੱਤਿਆਰੀ ਲੱਚਰ ਗਾਣੇ ਨਹੀਂ ਵਜਾਉਂਦਾ।